ਅਤੇ ਆਪਣੇ ਆਪ ਨਾਲ ਵੰਡੇ ਜਾ ਸਕਦੇ ਹਨ ਕੁਦਰਤੀ ਨੰਬਰ ਜਿਹੜੇ ਕੇ ਸਿਰਫ ਇੱਕ ਅਤੇ ਆਪਣੇ ਆਪ ਨਾਲ ਹੀ ਵੰਡੇ ਜਾ ਸਕਦੇ ਹਨ ਉਹਨਾਂ ਨੂੰ ਅਪਾਜ ਅਵੰਡਨਯੋਗ ਨੰਬਰ ਆਖਦੇ ਹਨ ਹੁਣ ਨੰਬਰ 4 ਤੇ ਵਿਚਾਰ ਕਰੋ ਇੱਕ ਅਤੇ ਆਪਣੇ ਆਪ ਤੋਂ ਇਲਾਵਾ 4 ਨੂੰ 2 ਨਾਲ ਵੀ ਵੰਡਿਆ ਜਾ ਸਕਦਾ ਹੈ ਅਰਥਾਤ 4 2 ਤੋਂ ਵੱਧ ਨੰਬਰਾਂ ਨਾਲ ਵੰਡਿਆ ਜਾ ਸਕਦਾ ਹੈ ਇਸੇ ਤਰ੍ਹਾਂ 6 ਨੂੰ 1 2 3 ਅਤੇ 6 ਨਾਲ ਵੰਡਿਆ ਜਾ ਸਕਦਾ ਹੈ ਉਹ ਨੰਬਰ ਜੋ 2 ਤੋਂ ਵੱਧ ਨੰਬਰਾਂ ਨਾਲ ਵੰਡੇ ਜਾ ਸਕਦੇ ਹੋ ਉਹਨਾਂ ਨੂੰ ਭਾਜਯੋਗ ਗੈਰ ਅਭਾਜ ਨੰਬਰ ਆਖਿਆ ਜਾਂਦਾ ਹੈ ਨੋਟ ਕਰੋ ਕਿ 1 ਨਾ ਤਾਂ ਅਭਾਜ ਨੰਬਰ ਹੈ ਅਤੇ ਨਾ ਹੀ ਭਾਜਕ ਗੈਰ ਅਭਾਜ ਨਾਲ ਹੀ 2 ਸਭ ਤੋਂ ਛੋਟਾ ਅਤੇ ਸਿਰਫ ਇੱਕੋ ਜਿਸਤ ਅਭਾਜ ਅਵੰਡਨਯੋਗ ਨੰਬਰ ਹੈ